ਯਾਰ ਅੱਜ ਜ਼ੰਜੀਰਾਂ ਤੇ ਜ਼ਖਮ ਵੇਖ ਕੇ ਲੱਗਾ ਜਿਵੇਂ ਜ਼ੁਲਮ ਦੀ ਕਿਸੇ ਤੰਗ ਨੂੰ ਡਾ ਕੇ ਇੱਥੇ ਪਹੁੰਚਿਆ। ਆਹੋ ਮੈਂ ਪੱਤਰਕਾਰ ਦੀ ਅਸਲਾਮ ਅਲੈਕੁਮ, ਜਿਉਂਦੇ ਰਹੋ, ਵਸਦੇ ਰਹੋ, ਹੱਸਦੇ ਰਹੋ। ਮੈਂ ਤਾਰਸਾਨੀ ਤੇ ਤੁਸੀਂ ਵੇਖ ਹੀ ਰਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੁਲਤਾਰੇ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਰਿਹਾ ਅਤੇ ਉਸ ਫਿਲਮ ਦਾ ਨਾਂ ਹੈ ਅਕਬਰ ਖਾਨ। 9 ਜੂਨ 1986 ਬਰੋਜ਼ ਸੋਮਵਾਰ ਈਦ ਉਲ ਫਿਤਰ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਅਕਬਰ ਖਾਨ। ਇਸ ਫਿਲਮ ਦਾ ਜਿਹੜਾ ਮੌਜੂ ਹੈ, ਲੜਾਈ ਹੈ, ਮਾਰ ਕੁਟਾਈ ਹੈ, ਐਕਸ਼ਨ ਹੈ, ਪੁਲਿਸ ਮੁਕਾਬਲਾ ਹੈ ਅਤੇ ਇਸ ਫਿਲਮ ਦਾ ਟਾਈਟਲ ਰੋਲ ਜਿਹੜਾ ਨਾ ਦੋ ਬੰਦਿਆਂ ਨਾਲ ਅਦਾ ਕੀਤਾ ਹੈ, ਆਬਦ ਅਲੀ ਨੇ ਔਰ ਸੁਲਤਾਨ ਰਾਈ ਨੇ। ਇਸ ਫਿਲਮ ਦੇ ਅਦਾਕਾਰਨ ਸੁਲਤਾਨ ਰਾਈ, ਅੰਜਮਨ, ਮੁਸਤਫਾ ਕੁਰੇਸ਼ੀ, ਜ਼ੁਮਰਦ, ਅਲਿਆਸ ਕਸ਼ਮੀਰੀ, ਆਬਦ ਅਲੀ, ਸਜਾਦ ਕਿਸ਼ਵਰ, ਅਦਿਆਤ ਹਸਨ ਅਸਕਰੀ, ਫਿਲਮ ਸਾਜ਼ ਚੌਧਰੀ ਆਰਫ, ਸ਼ਾਨੇ ਮੁਸਤਫਾ, ਮਿਊਜ਼ਿਕ ਵਜਾਹਤ ਅਤਰੇ ਅਤੇ ਇਸ ਫਿਲਮ ਨੂੰ ਲਿਖਿਆ ਹੈ ਨਾਸਰ ਅਦੀਬ ਨੇ। ਜ਼ੁਮਰਦ ਨੇ ਇਸ ਫਿਲਮ ਦੇ ਅੰਦਰ ਸੁਲਤਾਨ ਰਾਏ ਦੀ ਵਾਲਦਾ ਦਾ ਕਿਰਦਾਰ ਅਦਾ ਕੀਤਾ ਹੈ ਔਰ ਬੜੀ ਹੀ ਜ਼ਬਰਦਸਤ ਔਰ ਨਿਹਾਇਤ ਸ਼ਾਨਦਾਰ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ ਹੈ। ਨਾਦਰ ਖਾਨ ਜਿਹੜਾ ਅਲਿਆਸ ਕਸ਼ਮੀਰੀ ਹੁੰਦਾ ਹੈ, ਉਹਦਾ ਜਿਹੜਾ ਵੱਡਾ ਭਰਾ ਹੁੰਦਾ ਹੈ, ਉਹ ਮੌਤ ਦੇ ਮੂੰਹ 'ਚ ਹੁੰਦਾ ਹੈ ਅਤੇ ਅਲਿਆਸ ਕਸ਼ਮੀਰੀ ਨਾਦਰ ਖਾਨ ਜਿਹੜਾ ਉਹ ਮੁਕਾਰੀ ਕਰਦਾ ਹੈ, ਉਹਦੇ ਸਾਹਮਣੇ ਰੋਣ ਦੀ ਐਕਟਿੰਗ ਕਰਦਾ ਹੈ ਕਿ ਮੈਨੂੰ ਤੇਰੇ ਮਰਨ ਦਾ ਬਹੁਤ ਅਫਸੋਸ ਹੈ, ਤੇਰੀ ਬਿਮਾਰੀ ਦਾ ਬਹੁਤ ਅਫਸੋਸ ਹੈ। ਪਰ ਬਾਹਰ ਆ ਕੇ ਮੁਨਸ਼ੀ ਕੋਲੋਂ ਪੁੱਛਦਾ ਕਿ ਇਹ ਬੁੱਢਾ ਹਾਲੀ ਤੱਕ ਮਰਿਆ ਕਿਉਂ ਨਹੀਂ ਹੈ, ਕਿਉਂਕਿ ਉਹਦਾ ਜਿਹੜਾ ਮੁਨਸ਼ੀ ਹੁੰਦਾ ਹੈ ਉਹ ਉਹਦੇ ਖੁਰਾਕੀ ਜ਼ਹਿਰ ਮਿਲਾ ਰਿਹਾ ਹੁੰਦਾ ਹੈ। ਆਖਿਰਕਾਰ ਉਹਦਾ ਵੱਡਾ ਭਰਾ ਫੋਤ ਹੋ ਜਾਂਦਾ ਹੈ, ਉਸਦੇ ਫੋਤ ਹੋਣ ਤੋਂ ਬਾਅਦ ਉਹ ਉਸਦੀ ਸਾਰੀ ਜਾਗੀਰ 'ਤੇ ਕਬਜ਼ਾ ਕਰ ਲੈਂਦਾ ਹੈ ਔਰ ਉਸਦੇ ਪੁੱਤਰ ਨੂੰ ਆਪਣਾ ਗੁਲਾਮ ਬਣਾ ਲੈਂਦਾ ਔਰ ਉਹਦੇ 'ਤੇ ਬਹੁਤ ਜ਼ੁਲਮ ਕਰਦਾ ਹੈ, ਉਹਨੂੰ ਮਾਰਦਾ ਹੈ। ਤੁਸੀਂ ਇੱਕ ਅਕਬਰ ਖਾਨ ਨੂੰ ਮਾਰਿਆ ਸੀ, ਪਰ ਇਹ ਭੁੱਲ ਗਏ ਸੋ ਤੇ ਜਵਾਨ ਹੋ ਜਾਂਦਾ ਹੈ ਔਰ ਉਹਨੂੰ ਕੋਲੇ ਮਾਰਦਾ ਹੈ, ਉਹਨੂੰ ਸਜ਼ਾ ਦਿੰਦਾ ਹੈ। ਉਸਦਾ ਜਿਹੜਾ ਬੱਚਾ ਹੁੰਦਾ ਹੈ, ਉਸਦਾ ਖਾਨਦਾਨੀ ਨੌਕਰ ਹੁੰਦਾ ਹੈ, ਕਰਮਦਾਦ, ਕਰਮਦਾਦ ਦਾ ਕਿਰਦਾਰ ਅਦਾਕਾਰ ਸਜਾਦ ਕਿਸ਼ਵਰ ਨੇ ਅਦਾ ਕੀਤਾ ਹੈ ਔਰ ਉਸਦੀ ਬੇਟੀ ਕਹਿੰਦੀ ਆਜਰਾ, ਆਜਰਾ ਦਾ ਜਿਹੜਾ ਕਿਰਦਾਰ ਹੈ ਉਹ ਅਦਾਕਾਰ ਜ਼ੁਮਰਦ ਨੇ ਅਦਾ ਕੀਤਾ ਹੈ ਔਰ ਜਿਹੜਾ ਉਹਦਾ ਬੱਚਾ ਹੁੰਦਾ ਹੈ, ਉਹਦੇ ਵੱਡੇ ਭਰਾ ਦਾ, ਉਸਦਾ ਨਾਮ ਅਕਬਰ ਖਾਨ ਹੁੰਦਾ ਔਰ ਅਕਬਰ ਖਾਨ ਦਾ ਕਿਰਦਾਰ ਆਬਦ ਅਲੀ ਨੇ ਅਦਾ ਕੀਤਾ ਹੈ। ਅਕਬਰ ਖਾਨ ਦੀ ਹਵੇਲੀ ਤੋਂ ਬਾਹਰ ਜਾਣ 'ਤੇ ਪਾਬੰਦੀ ਆਉਂਦੀ ਹੈ, ਬਾਹਰ ਪਹਿਰੇਦਾਰ ਹੁੰਦੇ ਨੇ ਜਿਹੜੇ ਕਿ ਉਹਦੇ ਉੱਤੇ ਨਜ਼ਰ ਰੱਖਦੇ ਨੇ। ਹਾਜਰਾ ਅਤੇ ਕਰਮਦਾਦ ਮਿਲ ਕੇ ਉਹਦੇ ਫਰਾਰ ਦਾ ਮਨਸੂਬਾ ਬਣਾਉਂਦੇ ਨੇ। ਆਖਿਰਕਾਰ ਹਾਜਰਾ ਅਤੇ ਅਕਬਰ ਖਾਨ ਫਰਾਰ ਹੋ ਜਾਂਦੇ ਨੇ ਔਰ ਫਰਾਰ ਹੋ ਕੇ ਉਹ ਸ਼ਮਸ਼ੇਰ ਖਾਨ ਦੇ ਕੋਲ ਪੁੱਜਦੇ ਨੇ। ਸ਼ਮਸ਼ੇਰ ਖਾਨ ਦਾ ਜਿਹੜਾ ਕਰੈਕਟਰ ਹੈ ਨਾ, ਅਦਾਕਾਰ ਮੁਸਤਫਾ ਕੁਰੇਸ਼ੀ ਨੇ ਅਦਾ ਕੀਤਾ ਹੈ। ਜਿਹੜਾ ਸ਼ਮਸ਼ੇਰ ਖਾਨ ਹੁੰਦਾ ਉਸ ਤੋਂ ਪਹਿਲੇ ਹਵੇਲੀ ਵੀ ਆ ਚੁੱਕਿਆ ਹੁੰਦਾ ਔਰ ਉਹਦੀ ਅਕਬਰ ਖਾਨ ਦੇ ਨਾਲ ਮੁਲਾਕਾਤ ਹੋ ਜਾਂਦੀ ਹੈ। ਅਕਬਰ ਖਾਨ ਜਦੋਂ ਉਹਦੇ ਕੋਲ ਪੁੱਜਦਾ ਹੈ ਅਤੇ ਉਹ ਆਪਣੇ ਪਿਓ ਦੇ ਕਹਿਣੇ ਦੇ ਮੁਤਾਬਿਕ ਉਹਨਾਂ ਦੋਨਾਂ ਦੀ ਸ਼ਾਦੀ ਕਰ ਦਿੰਦਾ ਹੈ ਔਰ ਸ਼ਾਦੀ ਤੋਂ ਬਾਅਦ ਉਹਨਾਂ ਦਾ ਇੱਕ ਬੱਚਾ ਹੁੰਦਾ ਹੈ ਔਰ ਜਿਹੜਾ ਨਾਦਰ ਖਾਨ ਹੁੰਦਾ ਹੈ ਉਹਨੂੰ ਅਕਬਰ ਖਾਨ ਦੇ ਠਿਕਾਣੇ ਦਾ ਪਤਾ ਚੱਲ ਜਾਂਦਾ ਹੈ ਔਰ ਉਹ ਹਮਲਾ ਕਰਦਾ ਹੈ ਔਰ ਹਮਲਾ ਕਰਕੇ ਅਕਬਰ ਖਾਨ ਨੂੰ ਮਾਰ ਦਿੰਦਾ ਹੈ ਔਰ ਹਾਜਰਾ ਜਿਹੜੀ ਹੈ ਉਹ ਫਰਾਰ ਹੋ ਜਾਂਦੀ ਹੈ। ਅਕਬਰ ਖਾਨ ਕਤਲ ਹੋ ਜਾਂਦਾ ਅਤੇ ਸ਼ਮਸ਼ੇਰ ਖਾਨ ਗੁੱਸੇ 'ਚ ਆ ਕੇ ਹਵੇਲੀ 'ਤੇ ਹਮਲਾ ਕਰ ਦਿੰਦਾ ਔਰ ਬਹੁਤ ਸਾਰੇ ਬੰਦਿਆਂ ਨੂੰ ਮਾਰ ਦਿੰਦਾ ਔਰ ਖੁਦ ਵੀ ਜ਼ਖਮੀ ਹੋ ਜਾਂਦਾ ਔਰ ਜ਼ਖਮੀ ਹੋਣ ਤੋਂ ਬਾਅਦ ਨਾਦਰ ਖਾਨ ਉਸਨੂੰ ਗ੍ਰਿਫਤਾਰ ਕਰਕੇ ਕੈਦ ਕਰ ਲੈਂਦਾ ਔਰ ਉਹ ਕਾਫੀ ਅਰਸਾ ਨਾਦਰ ਖਾਨ ਦੀ ਕੈਦ ਵਿੱਚ ਰਹਿੰਦਾ। ਇੱਧਰ ਜਿਹੜਾ ਹੁੰਦਾ ਜਿਹੜੀ ਹਾਜਰਾ ਹੁੰਦੀ ਹਾਜਰਾ ਆਪਣੇ ਪੁੱਤਰ ਨੂੰ
ਸਖਤ ਟ੍ਰੇਨ ਕਰਦੀ ਹੈ, ਔਰ ਉਹਦੇ ਪੁੱਤਰ ਦਾ ਨਾਮ ਵੀ ਅਕਬਰ ਖਾਨ ਹੁੰਦਾ, ਉਹਨੂੰ ਸਖਤ ਟ੍ਰੇਨਿੰਗ ਦਿੰਦੀ ਹੈ ਤਾਂ ਕਿ ਉਹ ਇੱਕ ਸਖਤ ਆਦਮੀ ਬਣ ਸਕੇ। ਔਰ ਜਦੋਂ ਅਕਬਰ ਖਾਨ ਵੱਡਾ ਹੋ ਜਾਂਦਾ ਤਾਂ ਰਾਈਫਲ ਉਹਦੇ ਹੱਥ ਹੀ ਦਿੰਦੀ ਹੈ, ਔਰ ਉਹਨੂੰ ਆਪਣੀ ਸਾਰੀ ਕਹਾਣੀ ਸੁਣਾਉਂਦੀ ਹੈ ਕਿ ਕਿਸ ਤਰ੍ਹਾਂ ਬੇਲੀਏ ਵਾਲਾ ਨੇ ਉਸ 'ਤੇ ਜ਼ੁਲਮ ਕੀਤਾ ਹੈ। ਔਰ ਮਾਂ ਉਹਨੂੰ ਹੁਕਮ ਦੇ ਦਈਏ ਕਿ ਤੂੰ ਇੱਕ ਇੱਕ ਬੰਦੇ ਕੋਲੋਂ ਮੇਰਾ ਬਦਲਾ ਲੈਣਾ ਹੈ, ਅਗਰ ਤੂੰ ਬਦਲਾ ਨਾ ਲਿੱਤਾ ਤਾਂ ਮੈਂ ਇਹ ਸਮਝਾਂਗੀ ਕਿ ਤੂੰ ਮੇਰਾ ਪੁੱਤਰ ਨਹੀਂ, ਮੈਂ ਬੇਉਲਾਦ ਹਾਂ। ਮੈਨੂੰ ਸਿਰਫ ਇੰਨਾ ਦੱਸ ਦੇ ਮਾਂ ਕਿ ਮੇਰੀਆਂ ਦੋਵਾਂ ਪੁਸ਼ਤਾਂ ਦੇ ਕਾਤਲ ਕੌਣ ਨੇ। ਅੰਜਮਨ ਨੇ ਸਿੰਧ ਦੇ ਅੰਦਰ ਅਕਬਰ ਖਾਨ ਦੀ ਮੰਗੇਤਰ ਦਾ ਕਿਰਦਾਰ ਅਦਾ ਕੀਤਾ ਹੈ। ਅੰਜਮਨ ਦਾ ਰਵਾਇਤੀ ਕੰਮ ਹੁੰਦਾ ਹੈ ਜਿਹੜਾ ਕਿ ਆਪ ਤੁਸੀਂ ਦੇਖਿਆ ਹੋਗੇ, ਹਰ ਫਿਲਮ ਦੇ ਅੰਦਰ ਉਹਦਾ ਕੰਮ ਹੁੰਦਾ, ਦੋ ਚਾਰ ਗਾਣੇ ਹੁੰਦੇ ਨੇ ਔਰ ਇਸ ਤੋਂ ਇਲਾਵਾ ਕੋਈ ਖਾਸ ਕੰਮ ਨਹੀਂ ਹੁੰਦਾ। ਮਾਂ ਦੀ ਗੱਲ ਸੁਣ ਕੇ ਅਕਬਰ ਖਾਨ ਹਵੇਲੀ 'ਤੇ ਹਮਲਾ ਕਰ ਦਿੰਦਾ ਔਰ ਇਸ ਹਮਲੇ ਦੇ ਦੌਰਾਨ ਬਹੁਤ ਸਾਰੇ ਬੰਦਿਆਂ ਨੂੰ ਮਾਰ ਦਿੰਦਾ ਔਰ ਨਾਦਰ ਖਾਨ ਦੇ ਭਰਾ ਨੂੰ ਵੀ ਕਤਲ ਕਰ ਦਿੰਦਾ ਔਰ ਵਾਪਸ ਆ ਕੇ ਆਪਣੀ ਮਾਂ ਨੂੰ ਖੁਸ਼ਖਬਰੀ ਸੁਣਾਉਂਦਾ। ਜਦੋਂ ਮਾਂ ਨੂੰ ਖੁਸ਼ਖਬਰੀ ਸੁਣਾ ਰਹੇ ਹੁੰਦੇ ਆ, ਪੁਲਿਸ ਆ ਜਾਂਦੀ ਹੈ, ਪੁਲਿਸ ਨੂੰ ਦੇਖ ਕੇ ਅਕਬਰ ਖਾਨ ਫਰਾਰ ਹੋ ਜਾਂਦਾ ਔਰ ਜਿਹੜਾ ਨਾਦਰ ਖਾਨ ਦਾ ਭਰਾ ਹੁੰਦਾ ਉਹ ਪਿੰਡੀ 'ਚ ਆ ਕੇ ਅਕਬਰ ਖਾਨ ਨੂੰ ਲਲਕਾਰਦਾ। ਅਕਬਰ ਖਾਨ ਦੀ ਮਾਂ ਆ ਜਾਂਦੀ ਹੈ, ਉਹ ਉਹਦੀ ਮਾਂ ਹਾਜਰਾ ਨੂੰ ਕਤਲ ਕਰਨਾ ਚਾਹੁੰਦਾ, ਲੇਕਿਨ ਆ ਕੇ ਜਿਹੜੀ ਅੰਜਮਨ ਹੁੰਦੀ ਉਹ ਆ ਜਾਂਦੀ ਹੈ। ਅੰਜਮਨ ਨੂੰ ਵੇਖ ਕੇ ਉਹ ਜਿਹੜਾ ਨਾਦਰ ਖਾਨ ਦਾ ਭਰਾ ਹੁੰਦਾ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰਦਾ, ਲੇਕਿਨ ਅਕਬਰ ਖਾਨ ਆ ਜਾਂਦਾ ਔਰ ਉਹਨਾਂ ਨੂੰ ਮਾਰ ਦਿੰਦਾ। ਸ਼ਮਸ਼ੇਰ ਖਾਨ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਔਰ ਪਕੜਿਆ ਜਾਂਦਾ। ਇੱਧਰ ਪਿੰਡ ਵਿੱਚ ਨਵਾਂ ਡਿਪਟੀ ਆ ਜਾਂਦਾ, ਉਹ ਅਕਬਰ ਖਾਨ ਦੇ ਪਿੱਛੇ ਹੁੰਦਾ। ਉਹਦੀ ਮੁਲਾਕਾਤ ਅਸ਼ਮਤ ਨਾਲ ਹੁੰਦੀ ਹੈ। ਅਸ਼ਮਤ ਉਹ ਪਿੰਡ ਦਾ ਚੌਧਰੀ ਹੁੰਦਾ ਔਰ ਉਹ ਸਾਰੀ ਡਿਪਟੀ ਨੂੰ ਗੱਲ ਦੱਸਦਾ, ਹਾਜਰਾ ਵੀ ਸਾਰੀ ਗੱਲ ਦੱਸਦੀ ਹੈ। ਡਿਪਟੀ ਜਿਹੜਾ ਹੁੰਦਾ ਉਹਨਾਂ ਨਾਲ ਵਾਅਦਾ ਕਰਦਾ ਕਿ ਉਹ ਅਸਲ ਹਕਾਇਕ ਤੱਕ ਪਹੁੰਚੇਗਾ। ਉਹ ਆਉਂਦਾ ਔਰ ਆ ਕੇ ਨਾਦਰ ਨੂੰ ਉਹਦੇ ਭਰਾ ਦੇ ਕਤਲ ਦੇ ਬਾਰੇ ਪੁੱਛਦਾ, ਲੇਕਿਨ ਉਹਦਾ ਭਰਾ ਸਾਫ਼ ਇਨਕਾਰ ਕਰ ਦਿੰਦਾ। ਸ਼ਮਸ਼ੇਰ ਖਾਨ ਹਵੇਲੀ ਤੋਂ ਫਰਾਰ ਹੋ ਜਾਂਦਾ। ਉਹਦੀ ਮੁਲਾਕਾਤ ਜੰਗਲ ਵਿੱਚ ਅਕਬਰ ਖਾਨ ਦੇ ਨਾਲ ਹੁੰਦੀ ਹੈ। ਅਕਬਰ ਖਾਨ ਉਹਨੂੰ ਸਾਰੀ ਕਹਾਣੀ ਸੁਣਾਉਂਦਾ ਔਰ ਉਹਨੂੰ ਪਤਾ ਚੱਲ ਜਾਂਦਾ ਹੈ ਕਿ ਉਹ ਜਿਹੜਾ ਅਕਬਰ ਖਾਨ ਹੈ ਉਹਦਾ ਪੰਜ ਹੈ। ਉਹ ਕਾਰ ਆਉਂਦਾ ਔਰ ਕਾਰ ਆ ਕੇ ਹਾਜਰਨ ਨਾਲ ਮੁਲਾਕਾਤ ਕਰਦਾ। ਇਸ ਤਰ੍ਹਾਂ ਦੋਨੋਂ ਜਿਹੜਾ ਨਾ ਮਿਲ ਕੇ ਦੁਸ਼ਮਣ 'ਤੇ ਹਮਲਾ ਵਰਾਉਂਦੇ ਨੇ ਔਰ ਹਮਲਾ ਕਰਨ ਤੋਂ ਬਾਅਦ ਉਹ ਸਾਰਿਆਂ ਨੂੰ ਮਾਰ ਕੇ ਫਤਿਹਗੜ੍ਹ ਦੀ ਜਿਹੜਾ ਜਾਗੀਰ ਆਉਂਦੀ ਹੈ ਉਹ ਅਕਬਰ ਖਾਨ ਨੂੰ ਵਾਪਸ ਮਿਲ ਜਾਂਦੀ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਜ਼ਮੂਰਤ ਨੇ ਬੜੀ ਹੀ ਜ਼ਬਰਦਸਤ ਐਕਟਿੰਗ ਦਾ ਨਜ਼ਾਰਾ ਕੀਤਾ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।